ਰਚਪਾਲ कौर ਗਿਲਦੀ ਕਹਾਣੀ ਫਰਜ਼ ਕੈਂਡੀਆਂ ਦੇ ਲਾਲਚ ਵਿੱਚ ਕਲਾਸ ਦੇ ਬਹੁਤ ਸਾਰੇ ਬੱਚੇ ਸ਼ਰਾਰਤਾਂ ਘੱਟ ਤੇ ਕੰਮ ਜ਼ਿਆਦਾ ਕਰਦੇ। ਨਾ ਚਾਹੁੰਦੇ ਹਾਂ ਵੀ ਪਤਾ ਨਹੀਂ ਕਿਉਂ ਹਰ ਰੋਜ਼ ਦਿਨ ਦੇ ਅਖੀਰ ਤੇ ਚੰਗੇ ਬੱਚਿਆਂ ਨੂੰ ਕੈਂਡੀਆਂ ਦੇਣ ਦੀ ਮੇਰੀ ਵੀ ਆਦਤ ਜੀ ਬਣ ਗਈ ਲੱਗਦੀ ਸੀ। ਕੈਂਡੀਆਂ ਮੈਂ ਹਮੇਸ਼ਾ ਆਪਣੀ ਕਲਾਸ ਦੀ ਇੱਕ ਨੁਕਰੇ ਰੱਖੀ ਹੋਈ ਵੱਡੀ ਸਾਰੀ ਲੋਹੇ ਦੀ ਅਲਮਾਰੀ ਦੇ ਉੱਪਰ ਲਿਖਾਨੇ 'ਚ ਰੱਖਦੀ ਤਾਂ ਕਿ ਬੱਚੇ ਆਸਾਨੀ ਨਾਲ ਕੈਂਡੀਆਂ ਤੱਕ ਨਾ ਪਹੁੰਚ ਸਕਣ। ਮੁਨੀਰਾ ਮੇਰੀ ਕਲਾਸ ਚ ਪੜਾਈ ਚ ਪਿੱਛੇ ਤੇ ਸ਼ਰਾਰਤਾਂ ਕਰਨ ਚੱਗੇ ਰਹਿਣ ਵਾਲੇ ਬੱਚਿਆਂ ਚੋਂ ਟਾਪਰ ਸੀ। ਪੜ੍ਹਦਿਆਂ ਸਮੇਂ ਉਹਦਾ ਧਿਆਨ ਕਦੇ ਘੱਟ ਹੀ ਪੜਨ ਵਾਲ ਲੱਗਦਾ ਸੀ। ਲਾਗੇ ਬੈਠੇ ਬੱਚਿਆਂ ਨੂੰ ਵੀ ਸਗੋਂ ਗੱਲੀ ਲੌਨ ਚੋਂ ਕਾਫੀ ਮਾਹਰ ਸੀ। ਉਹਦੇ ਨਾਲ ਰਲ ਕੇ ਗੱਲਾਂ ਜਾਂ ਸ਼ਰਾਰਤਾਂ ਕਰਨ ਵਾਲੇ ਬੱਚੇ ਆਪਣਾ ਕਸੂਰ ਵੀ ਹਮੇਸ਼ਾ ਮੁਨੀਰਾ ਸਿਰ ਹੀ ਥੱਪ ਦਿੰਦੇ। ਉਹਨਾਂ ਨੂੰ ਕੈਂਡੀਆਂ ਨਾ ਮਿਲਣ ਦਾ ਹਮੇਸ਼ਾ ਅਫਸੋਸ ਜਿਹਾ ਹੁੰਦਾ। ਤੇ ਮੁਨੀਰਾ ਨੇ ਨਾ ਹੀ ਕਦੇ ਕੈਂਡੀ ਹਾਸਲ ਕਰਨ ਲਈ ਆਪਣੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਉਹਨੂੰ ਕਦੇ ਕੈਂਡੀ ਨਾ ਮਿਲਣ ਦਾ ਅਫਸੋਸ ਹੀ ਸੀ। ਮੁਨੀਰਾ ਦੀ ਆਦਤ ਤੋਂ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ। ਉਹ ਘਰੋਂ ਸਿਰ ਤੇ ਹਜਾਬ ਜਿਹੜਾ ਮੁਸਲਮਾਨ ਇਸਤਰੀਆਂ ਦੇ ਸਿਰ ਟਕਣ ਵਾਲਾ ਦੁਪੱਟਾ ਹੁੰਦਾ ਹੈ, ਬਨ ਕੇ ਆਉਂਦੀ। ਸਕੂਲੋਂ ਆਉਂਦਿਆਂ ਸਾਰੀ ਆਪਣਾ ਹਜਾਬ ਲਾ ਕੇ ਸੁੱਟ ਦਿੰਦੀ ਤੇ ਵਾਲ ਖੋਲ ਕੇ ਖਿਲਾਰ ਲੈਂਦੀ। ਬਹੁਤੀ ਵਾਰੀ ਤਾਂ ਆਪਣਾ ਹਜਾਬ ਰਾਹ ਚ ਹੀ ਸੁੱਟ ਆਉਂਦੀ ਤੇ ਬੱਚੇ ਉਹਦੇ ਉਸ ਤੇ ਪੈਰ ਰੱਖ ਕੇ ਲੰਘਦੇ ਰਹਿੰਦੇ। ਇੱਕ ਦੋ ਵਾਰੀ ਮੈਂ ਰਾ 14000 ਹਜਾਬ ਚੁੱਕ ਕੇ ਉਹਨੂੰ ਸਖਤੀ ਨਾਲ ਤਾੜਨਾ ਵੀ ਕੀਤੀ ਕਿ ਉਹਨੂੰ ਬੈਗ ਚ ਪਾਇਆ ਕਰੇ ਜਾਂ ਸਿਰ ਤੇ ਰਹਿਣ ਦੇਵੇ ਇੱਕ ਦਿਨ ਉਹਦੀ ਮਾਂ ਨੂੰ ਫੋਨ ਤੇ ਵੀ ਦੱਸਿਆ ਪਰ ਮਨਿਹਰਾ ਤੇ ਕੋਈ ਅਸਰ ਨਾ ਹੋਇਆ ਮੇਰੀ ਕਲਾਸ 'ਚ ਹੋਰ ਵੀ ਕਈ ਮੁਸਲਮਾਨ ਕੁੜੀਆਂ ਸਾਰਾ ਦਿਨ ਹਜਾਬ ਸਿਰ ਤੇ ਲੈ ਕੇ ਆਉਂਦੀਆਂ ਸਨ ਤੇ ਮੈਂ ਵੀ ਕਈ ਵਾਰ ਆਪ ਵੀ ਚੁੰਨੀ ਲੈ ਕੇ ਸਕੂਲ ਜਾਂਦੀ ਤੇ ਸਾਰਾ ਦਿਨ ਸਿਰ ਟੱਕ ਕੇ ਰੱਖਦੀ ਤਾਂ ਕਿ ਸਿਰ ਟੱਕਣ ਵਾਲੇ ਬੱਚੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵੱਖਰੇ ਹੋਣ ਕਰਕੇ ਹੀਣ ਭਾਵਨਾ ਦਾ ਸ਼ਿਕਾਰਨਾਮਾ ਲੰਚ ਵੇਲੇ ਬਹੁਤੀ ਵਾਰ ਤਾਂ ਮੈਂ ਹੀ ਮੈਂ ਘਰੀ ਚਲੀ ਜਾਂਦੀ ਸੀ ਜਨਵਰੀ ਫਰਵਰੀ ਦੇ ਮਹੀਨੇ ਕਈ ਵਾਰ ਬਹੁਤੀ ਠੰਡ ਜਾਂ ਬਰਫ਼ ਕਰਕੇ ਸਕੂਲੀ ਲੰਚ ਖਾ ਲੈਣਾ ਸਟਾਫ ਰੂਮ 'ਚ ਜਾਣ ਨਾਲੋਂ ਤਾਂ ਆਪਣੀ ਕਲਾਸ ਦੇ ਕਮਰੇ 'ਚ ਜਲਦੀ ਨਾਲ ਲੰਚ ਖਾ ਕੇ ਇੰਟਰਨੈਟ ਤੇ ਖਬਰਾਂ ਦੇਖਣ ਤੇ ਸੁਣਨ ਲੱਗ ਜਾਣਾ ਇਹਨਾਂ ਦਿਨਾਂ 'ਚ ਖਬਰਾਂ ਸੁਣਨ ਦਾ ਮੇਰਾ ਕੁਝ ਜ਼ਿਆਦਾ ਹੀ ਰੁਝਾਨ ਸੀ ਇੰਡੀਆ 'ਚ ਗੁਜਰਾਤ ਦੇ ਇਲਾਕੇ 'ਚ ਪੁਚਾਲ ਨਾਲ ਹੋਈ ਤਬਾਹੀ ਬਾਰੇ ਜਾਣਕਾਰੀ ਲਈ ਰੁਚੀ ਹੋਣ ਕਰਕੇ ਕਾਲੀ ਕਾਲੀ ਕੰਪਿਊਟਰ ਮੋਰੇ ਬੈਠ ਜਾਣਾ ਮੇਰਾ ਕੰਪਿਊਟਰ ਕਲਾਸ ਦੀ ਦੂਜੀ ਨੁਕਰੇ ਸੀ ਜਿਹਦੇ ਮੋਰੇ ਵੱਡਾ ਸਾਰਾ ਪੇਂਟਿੰਗ ਸੁਕਾਉਣ ਵਾਲਾ ਦਰਾਜ ਪਿਆ ਸੀ ਕੰਪਿਊਟਰ ਤੇ ਬੈਠਿਆਂ ਘੱਟ ਹੀ ਕਿਸੇ ਨੂੰ ਪਤਾ ਲੱਗਦਾ ਸੀ ਕਿ ਕੋਈ ਕਲਾਸ 'ਚ ਬੈਠਾ ਹੈ ਗੁਜਰਾਤ ਦੇ ਪੋਚਾਲ ਤੋਂ ਕੋਈ 4-5 ਦਿਨ ਬਾਅਦ ਦੀ ਗੱਲ ਹੈ ਮੈਂ ਆਪਣੇ ਕੰਪਿਊਟਰ ਤੇ ਬੈਠੀ ਇੰਟਰਨੈਟ 'ᱨਈ ਖਬਰਾਂ ਪੜ੍ਹ ਰਹੀ ਸੀ ਤੇ ਪੁਚਾਲ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਵੇਖ ਰਹੀ ਸੀ ਅਚਾਨਕ ਮੇਰੀ ਕਲਾਸ ਦੀ ਦੂਜੀ ਨੁਕਰੇ ਪਈ ਲੋਹੇ ਦੀ ਅਲਮਾਰੀ ਦਾ ਦੌੜ-ਦਾੜ ਕਰਕੇ ਖੜਾਕ ਸੁਣ ਕੇ ਮੇਰਾ ਤਰਾਜ ਹੈ ਨਿਕਲ ਗਿਆ ਸੋਚਿਆ ਕਿ ਇੱਥੇ ਵੀ ਪੁਚਾਲ ਆ ਗਿਆ ਇੱਕਦਮ ਉੱਠੀ ਤਾਂ ਕੀ ਦੇਖਿਆ ਮਨੀਰਾ ਮੇਰੀ ਅਲਮਾਰੀ ਦੇ ਖਾਨੇ ਖੋਲ ਰਹੀ ਸੀ ਤੇ ਬੰਦ ਕਰ ਰਹੀ ਸੀ ਮੇਰੇ ਮੂੰਹ ਅਚਾਨਕ ਉੱਚੀ ਸਾਰੀ ਨਿਕਲਿਆ ਮਨੀਰਾ ਮੇਰੀ ਆਵਾਜ਼ ਸੁਣ ਕੇ ਇਕਦਮ ਠੱਠੰਬਰ ਗਈ ਮੇਰੇ ਕੁਝ ਹੋਰ ਕਹਿਣ ਤੋਂ ਪਹਿਲਾਂ ਹੀ ਉੱਚੀ-ਉੱਚੀ ਰੋਣ ਲੱਗ ਪਈ ਮੈਨੂੰ ਵੀ ਪੁੱਛਣ ਦੀ ਲੋੜ ਵੀ ਮਹਿਸੂਸ ਨਾ ਹੋਈ ਕਿ ਉਹ ਮੇਰੀ ਅਲਮਾਰੀ ਦੇ ਖਾਨਿਆਂ ਚੁੱਕੀ ਭਾਲ ਰਹੀ ਸੀ ਕਿਉਂਕਿ ਮੇਰੀ ਉੱਚੀ ਆਵਾਜ਼ ਸੁਣ ਮਨੀਰਾ ਕਹਿੰਦੇ ਸਾਰੀ ਉੱਚੀ ਉੱਚੀ ਰੋਣ ਦੇ ਨਾਲ-ਨਾਲ ਤਰਲੇਪਰੀ ਆਵਾਜ਼ ਚ ਕਹਿ ਰਹੀ ਸੀ ਮਿਸਿਸ ਜੀ ਮੇਰੀ ਮਾਂ ਨੂੰ ਨਾ ਦੱਸੇ ਕਿ ਮੈਂ ਕੈਂਡੀਆਂ ਚੋਰੀ ਕਰਨ ਲੱਗੀ ਸੀ ਉਹ ਮੈਨੂੰ ਮਾਰ ਦੇਵੇਗੀ ਉਹ ਬਿਨਾਂ ਰੁਕੇ ਉੱਚੀ ਉੱਚੀ ਲਗਾਤਾਰ ਰੋਈ ਜਾ ਰਹੀ ਸੀ ਤੇ ਨਾਲੇ ਮਾਂ ਨੂੰ ਨਾ ਪਤਾ ਲੱਗਣ ਦੇ ਤਰਲੇ ਪਾਈ ਜਾ ਰਹੀ ਸੀ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਮੈਂ ਕੀ ਕਰਾਂ ਉਹ ਤਾਂ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਸੀ ਦੇ ਰਹੀ ਮੈਂ ਤਾਂ ਸੋਚ ਰਹੀ ਸੀ ਕਿ ਇਹਦੇ ਹੱਥ ਕੈਂਡੀ ਫੜਾਵਾਂ ਤੇ ਕਹਾਂ ਦੌੜ ਜਾ ਤੇ ਦੂਜੇ ਪਾਸੇ ਸੋਚ ਰਹੀ ਸੀ ਕਿ ਉਹ ਚੁੱਪ ਕਰੇ ਤਾਂ ਉਹਨੂੰ ਸਮਝਾਵਾਂ ਕਿ ਉਹਨੇ ਚੋਰੀ ਕਰਕੇ ਗਲਤ ਗੱਲ ਕੀਤੀ ਹੈ ਕੈਂਡੀ ਚਾਹੀਦੀ ਸੀ ਤਾਂ ਮੰਗ ਲੈਂਦੀ ਤੇ ਨਾਲ ਨਾਲ ਮੈਂ ਵੀ ਸੋਚ ਰਹੀ ਸੀ ਕਿ ਕਾਨੂੰਨੀ ਫਰਜ਼ ਦੇ ਤੌਰ ਤੇ ਕੀ ਮੈਨੂੰ ਇਹਦੀ ਲਿਖਤੀ ਰਿਪੋਰਟ ਵੀ ਲਿਖ ਕੇ मुਨੀਰਾ ਦੀ ਫਾਈਲ 'ਚ ਰੱਖਣੀ ਪਵੇਗੀ ਜਾਂ ਨਹੀਂ ਮੁਨੀਰਾ ਦੀ ਉੱਚੀ ਰੋਣ ਦੀ ਆਵਾਜ਼ ਸੁਣ ਕੇ ਮੇਰੇ ਨਾਲ ਦੀ ਕਲਾਸ ਰੂਮ ਮਿਸਟਰ ਗ੍ਰੀਗਰੀ ਆਟਕ ਗਿਆ। ਉਹਨੂੰ ਦੇਖ ਕੇ ਮੁਨੀਰਾ ਨੇ ਰੋਣ ਦੀ ਆਵਾਜ਼ ਹੋਰ ਵੀ ਉੱਚੀ ਕਰ ਲਈ। ਉਹ ਮਜ਼ਾਕ ਨਾਲ ਕਹਿਣ ਲੱਗਾ ਮਿਸਿਸ ਸਿੰਘ, ਮੁਨੀਰਾ ਨੂੰ ਤੂੰ ਕੀ ਕਹਿ ਦਿੰਦਾ ਹੈ? ਮੈਂ ਉਹਨੂੰ ਕਲਾਸ 'ਚ ਬਾਹਰ ਲਿਜਾ ਕੇ ਦੱਸਿਆ ਕਿ ਮੁਨੀਰਾ ਨੇ ਕੈਂਡੀਆਂ ਚੁਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨੇ ਇੱਕਦਮ ਸੋਟਾ ਮਾਰਨ ਵਾਂਗ ਸਲਾਹ ਦਿੱਤੀ ਕਿ ਇਹ ਤਾਂ ਇੱਕ ਗੰਭੀਰ ਗੱਲ ਹੈ। ਤੈਨੂੰ ਲਿਖਤੀ ਕਾਰਵਾਈ ਕਰਨ ਦੇ ਨਾਲ-ਨਾਲ ਪ੍ਰਿੰਸੀਪਲ ਨੂੰ ਵੀ ਦੱਸਣਾ ਪੈਣਾ। ਮੈਂ ਤਰਲੇ ਲੈਂਦੀ ਤੇ ਰੋਂਦੀ ਕੁਰਲਾਉਂਦੀ ਮਨੀਰਾ ਨੂੰ ਬਾਹਰ ਜਾਣ ਲੈ ਕੇ ਆ ਤੇ ਆਪ ਕਾਰਵਾਈ ਵਾਲਾ ਫਾਰਮ ਕੱਢ ਕੇ ਭਰਨ ਲੱਗ ਪਈ ਫਾਰਮ ਪਰ ਪੂਰਾ ਕਰਕੇ ਪ੍ਰਿੰਸੀਪਲ ਦੇ ਦਫ਼ਤਰ ਚਲੇ ਗਈ ਪ੍ਰਿੰਸੀਪਲ ਨੇ ਦਸਖਤ ਕਰਕੇ ਕਾਪੀ ਮਨੀਰਾ ਦੀ ਫਾਈਲ ਚ ਰੱਖ ਦਿੱਤੀ ਇੱਕ ਕਾਪੀ ਮੈਨੂੰ ਵਾਪਸ ਦਿੰਦਿਆਂ ਹੋਇਆਂ ਹਿਦਾਇਤ ਕੀਤੀ ਕਿ ਮੈਂ ਮਨੀਰਾ ਦੀ ਮਾਂ ਨੂੰ ਅੱਜ ਹੀ ਇਹ ਸੂਚਨਾ ਜ਼ਰੂਰ ਦੇਵਾਂ ਮੈਂ ਹਾਂਝ ਸਿਰ ਹਿਲਾਇਆ ਕਲਾਸ ਚ ਆ ਕੇ ਮੈਂ ਹਾਜ਼ਰੀ ਰਜਿਸਟਰ ਚ ਮਨੀਰਾ ਦੀ ਮਾਂ ਦਾ ਫੋਨ ਨੰਬਰ ਲਿਖਿਆ ਤੇ ਟੈਲੀਫੋਨ ਵਾਲੇ ਕਮਰੇ ਵੱਲ ਜੋ ਮੇਰੀ ਕਲਾਸ ਤੋਂ ਦੋ ਕਮਰਿਆਂ ਦੀ ਵਿੱਤ ਤੇ ਸੀ ਜਾਂਦੀ ਹੋਈ ਸੋਚ ਰਹੀ ਸੀ ਇਹ ਸ਼ਿਕਾਇਤ ਕਿਨਾਂ ਲਫਜ਼ਾਂ ਨਾਲ ਹੀ ਉਹਦੀ ਮਾਂ ਤੱਕ ਪਹੁੰਚਾਉਣਾ ਮੈਂ ਟੈਲੀਫੋਨ ਕੀਤਾ ਤੇ ਪੁੱਛਿਆ ਕਿ ਕੀ ਮੈਂ ਮਿਸਿਸ ਤੋਹਾਬ ਨਾਲ ਗੱਲ ਕਰ ਸਕਦੀ ਹਾਂ ਅੱਗੋਂ ਆਵਾਜ਼ ਆਈ ਕਿ ਉਹ ਮਿਸਿਸ ਤੋਹਾਬ ਹੀ ਹੈ ਮੈਂ ਆਪਣੇ ਬਾਰੇ ਦੱਸਦਿਆਂ ਹੋਇਆ ਮਨੀਰਾ ਨੇ ਜੋ ਕੁਝ ਕੀਤਾ ਸੀ ਉਹਨੂੰ ਉਸ ਬਾਰੇ ਜਲਦੀ ਜਲਦੀ ਦੱਸ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮਿਸਿਸ ਤੋਹਾਬ ਗੁੱਸੇ ਛੋਣ ਕਰਕੇ ਬੁਲੀ ਜਾ ਰਹੀ ਸੀ ਕਦੇ ਮੇਰਾ ਕਸੂਰ ਕੱਢਦੀ ਕਿ ਮੈਨੂੰ ਕਲਾਸ ਵਿੱਚ ਕੈਂਡੀਆਂ ਰੱਖਣੀਆਂ ਹੀ ਨਹੀਂ ਸੀ ਚਾਹੀਦੀਆਂ ਤੇ ਕਦੇ ਕਹਿੰਦੀ ਮਨੀਰਾ ਨੂੰ ਅਸਲ ਕਦੇ ਘਰ ਕੈਂਡੀਆਂ ਨਹੀਂ ਖਾਣ ਦਿਤੀਆਂ ਉਹਨੇ ਸਕੂਲੇ ਚਲਾਉਣ ਦੀ ਕੋਸ਼ਿਸ਼ ਕਿਉਂ ਕੀਤੀ ਉਹ ਗੁੱਸੇ ਚ ਬੋਲੀ ਜਾ ਰਹੀ ਸੀ ਤੇ ਮੈਂ ਸੁਣੀ ਜਾ ਰਹੀ ਸੀ ਸਾਰਾ ਦਿਨ ਮਨੀਰਾ ਨੇ ਕਲਾਸ ਚ ਨੀਵੀਂ ਪਾਈ ਰੱਖੀ ਨਾ ਹੀ ਮੇਰੇ ਨਾਲ ਅੱਖਾਂ ਮਲਾਈਆਂ ਨਾ ਹੀ ਕੋਈ ਸ਼ਰਾਰਤ ਕੀਤੀ ਉਹ ਬਹੁਤ ਹੀ ਸੇਮੀ ਜੀ ਨਜ਼ਰ ਆ ਰਹੀ ਸੀ ਪਰ ਮੈਨੂੰ ਰਹਿ ਰਹਿ ਕੇ ਉਹਦੀਆਂ ਲੰਚ ਸਮੇਂ ਚੀਕਾਂ ਮਾਰ-ਮਾਰ ਕੇ ਰੋਣ ਤੇ ਤਰਲਿਆਂ ਦੀਆਂ ਤਰਲਿਆਂ ਦੀ ਆਵਾਜ਼ ਪਰੇਸ਼ਾਨ ਕਰ ਰਹੀ ਸੀ ਸਕੂਲੇ ਛੁੱਟੀ ਤੋਂ ਬਾਅਦ ਮਨੀਰਾ ਹਮੇਸ਼ਾ ਜਲਦੀ ਜਲਦੀ ਸਕੂਲੋਂ ਨਿਕਲਣ ਦੀ ਕੋਸ਼ਿਸ਼ ਕਰਦੀ ਪਰ ਅੱਜ ਕਾਫੀ ਸੁਸਤ ਤੇ ਪੈਰ ਖੜੀਸਦੀ ਹੋਈ ਬਾਹਰ ਨਿਕਲ ਰਹੀ ਸੀ ਪਤਾ ਨਹੀਂ ਕਿਉਂ ਮੇਰੀ ਪਰੇਸ਼ਾਨੀ ਚ ਪਲ-ਪਲ ਹੋਰ ਵਾਦਾ ਹੋ ਰਿਹਾ ਸੀ ਮੈਨੂੰ ਯਾਦ ਆਇਆ ਉਹ ਛੋਟੀ ਜੀ 6 ਸਾਲ ਦੀ ਪਾਕਿਸਤਾਨੀ ਲੜਕੀ ਫਰਹਾ ਬਾਰੇ ਜਦੀ লাশ ਦੇ ਟੁਕੜੇ ਦੋ ਵੱਖ-ਵੱਖ ਥਾਵਾਂ ਤੋਂ ਲੱਭੇ ਸਨ ਬਾਅਦ ਚੋਂ ਦੀ ਟੀਚਰ ਦੀ ਰਿਪੋਰਟ ਕਰਨ ਤੇ ਅਸਲੀਅਤ ਸਾਹਮਣੇ ਆਈ ਸੀ ਕਿਉਂਕਿ ਉਹ ਕਾਫੀ ਦੇਰ ਤੋਂ ਕਲਾਸ ਨਹੀਂ ਆਈ ਸੀ ਫਰਾ ਦੀ ਮਤਰੀ ਹੀ ਮਾਂ ਤੇ ਉਹਦਾ ਪਿਓ ਪੁਲਿਸ ਨਹੀਂ ਕਤਲ ਦੇ ਦੋਸ਼ 'ਚ ਚਾਰਜ ਕੀਤੇ ਸਨ ਮੈਂ ਸੋਚਿਆ ਉਹ ਪਤਾ ਨਹੀਂ ਇੰਨੀ ਛੋਟੀ ਉਮਰ 'ਚ ਕਿਹੜੀ ਸ਼ਰਾਰਤ ਕੀਤੀ ਹੋएगी ਜਿਨੇ ਉਹਦੀ ਜ਼ਿੰਦਗੀ ਖੋਹ ਲਈ ਹੋएगी ਤੇ ਮੇਰੇ ਦਿਲ ਦੀ ਧੁਰ ਨੁਕਰੀ ਇੱਕ ਸਹਿਮ ਜਿਹਾ ਮੈਨੂੰ ਝੰਜੋੜੇ ਜਾ ਰਿਹਾ ਸੀ ਜਿਸ ਨਾਲ ਮੇਰੇ ਦਿਲ ਦੀ ਧੜਕਣ ਵਧ ਰਹੀ ਸੀ ਮੈਂ ਆਫਿਸ ਜਾ ਕੇ ਮਨੀਰਾ ਦੇ ਰਿਕਾਰਡ ਵਾਲੀ ਫਾਈਲ ਪੜ੍ਹਨਾ ਚਾਹੁੰਦੀ ਸੀ ਮੈਂ ਜਾਣਨਾ ਚਾਹੁੰਦੀ ਸੀ ਕਿ منیਰਾ ਦੀ ਮਾਂ ਵੀ ਤਾਂ ਕਿਤੇ ਮਤਰੀ ਜਾਂ નિર્ਦੇਈ ਤਾਂ ਨਹੀਂ ਜਾਂ ਕੋਈ ਹੋਰ ਸੰਕੇਤ ਮਿਲੇ ਜਿਸ ਨਾਲ ਮੈਨੂੰ ਪਤਾ ਲੱਗ ਸਕੇ ਕਿ ਕਿਤੇ منیਰਾ ਨੂੰ ਘਰ ਗਈ ਨੂੰ ਕੋਈ ਅਜਿਹੀ ਸਜ਼ਾ ਨਾ ਮਿਲੇ ਜਿਹਦੀ ਮੈਨੂੰ ਜਿਹਦਾ ਮੈਨੂੰ ਆਪਣਾ ਫਰਜ਼ ਪਾਲਦੀ ਹੋਈ ਨੂੰ ਕਿਤੇ ਉਮਰ ਪਰ ਪਛਤਾਵੇ ਦੀ ਪੱਠੀ 'ਚ ਨਾ ਸੜਨਾ ਪਵੇ ਮੈਨੂੰ منیਰਾ ਦੀ ਰਿਕਾਰਡ ਫਾਈਲ 'ਚ ਜਿਆ ਕੋਈ ਸੰਕੇਤ ਨਾ ਮਿਲਿਆ ਸ਼ਾਮ ਨੂੰ ਘਰ ਪਹੁੰਚ ਕੇ ਵੀ ਮੈਨੂੰ ਇੱਕ ਬੇਚੈਨੀ ਅੰਦਰੋਂ ਅੰਦਰੀ ਸਤਾ ਰਹੀ ਸੀ ਰਾਤ ਨੂੰ ਸੌਣ ਲੱਗੀ ਤਾਂ ਫਿਰ ਧਿਆਨ ਮਨੀਰਾ ਵੱਲ ਚਲਾ ਗਿਆ ਕੰਨਾਂ 'ਚ ਉਹਦੀ ਆਵਾਜ਼ ਬਾਰ-ਬਾਰ ਸੁਣਾਈ ਦੇ ਰਹੀ ਮਹਿਸੂਸ ਹੋ ਰਹੀ ਸੀ ਮਿਸਿਸ ਜੀ ਮੇਰੀ ਮਾਂ ਨੂੰ ਨਾ ਦੱਸਿਓ ਮੈਨੂੰ ਮਾਰ ਦੇਵੇਗੀ ਸੋਚਾਂ ਦੀ ਘੁੰਮਣ ਕੇ ਰੀਚ ਘੁੰਮਦਿਆਂ ਹੋਇਆਂ ਮੇਰਾ ਖਿਆਲ ਪਿਛਲੇ 2 ਸਾਲ ਪਹਿਲਾਂ ਦੀ ਇੱਕ ਘਟਨਾ 'ਚ ਜਾ ਕੋ ਪਿਆ ਮਿਸਿਸ ਨਿਲਸਨ ਦੀ ਕਲਾਸ 'ਤੇ ਇੱਕ ਬਹੁਤ ਹੀ ਸ਼ਰਾਰਤੀ ਕੁੜੀ ਕੇਰਾ ਨੇ ਆਪਣੀ ਕਲਾਸ ਦੇ ਮੁੰਡੇ ਦਾ ਜ਼ਬਰਦਸਤੀ ਡਾਲਰ ਖੋ ਕੇ ਸਕੂਲ ਵੱਲੋਂ ਫੰਡ ਰੇਜ਼ਿੰਗ ਵਾਸਤੇ ਵੇਚੇ ਜਾਣ ਵਾਲੇ ਚਾਕਲੇਟ 바ਰ ਖਰੀਦ ਕੇ ਖਾ ਲਏ। ਮੁੰਡੇ ਦੀ ਸ਼ਿਕਾਇਤ ਕਰਨ ਤੇ ਮਿਸਿਸ ਨੈਲਸਨ ਨੇ ਕੇਰਾ ਦੀ ਮਾਂ ਨੂੰ ਫੋਨ ਕਰਕੇ ਸ਼ਿਕਾਇਤ ਲਾਈ। ਮਾਂ ਨੇ ਗੁੱਸੇ ਚ ਆ ਕੇ ਥੱਪੜ ਮਾਰਿਆ। ਕੇਰਾ ਦੀ ਗੱਲ ਤੇ ਉਂਗਲਾਂ ਦੇ ਨਿਸ਼ਾਨ ਪੈ ਗਏ ਤੇ ਨਾਲ ਹੀ ਸੱਜੀ ਅੱਖ ਤੇ ਸੋਜ ਪੈ ਗਈ ਕਿਉਂਕਿ ਇੱਕ ਉਂਗਲ ਅੱਖ ਤੇ ਜਾ ਵਜੀ ਸੀ। ਦੂਸਰੇ ਦਿਨ ਕੇਰਾ ਜਦ ਸਕੂਲ ਚ ਆਈ ਤਾਂ ਮਿਸਿਸ ਨਿਲਸਨ ਨੇ ਚਿਲਡਰਨ ਏਡ ਸੁਸਾਇਟੀ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਸੁਸਾਇਟੀ ਨੂੰ ਰਿਪੋਰਟ ਕਰ ਦਿੱਤੀ ਕਿਉਂਕਿ ਅਜਿਹਾ ਉਹ ਜਾਣਦੀ ਸੀ ਕਿ ਕਰਨਾ ਉਹਦੇ ਲਈ ਜ਼ਰੂਰੀ ਸੀ ਇੱਕ ਟੀਚਿੰਗ ਦਾ ਲਾਇਸੈਂਸ ਲੈਂਦੇ ਸਮੇਂ ਕਾਨੂੰਨੀ ਹਦਾਇਤ ਸੀ ਕਿ ਕਿਸੇ ਬੱਚੇ ਦੇ ਵੀ ਮਾਨਸਿਕ ਜਾਂ ਸਰੀਰਕ ਕਿਸੇ ਕਿਸਮ ਦੇ ਦੁਰਵਿਹਾਰ ਦੀ ਰਿਪੋਰਟ ਇਸ ਸੰਸਥਾ ਨੂੰ ਕੀਤੀ ਜਾਵੇ ਉਸ ਦਿਨ ਜਦੋਂ ਕੇਰਾ ਦੀ ਮਾਂ ਨੂੰ ਬੁਲਾ ਕੇ ਉਹਨਾਂ ਛਾਣਬੀਨ ਕੀਤੀ ਤਾਂ ਉਹਨੇ ਗੁੱਸੇ ਨੂੰ ਕੰਟਰੋਲ ਨਾ ਕੀਤਾ ਤੇ ਅੱਗੋਂ ਕਹਿ ਦਿੱਤਾ ਕਿ ਮੈਂ ਔਖੀ ਹੋ ਕੇ ਇਕੱਲੀ ਨੇ ਇਹਨੂੰ ਪਾਲਿਆ ਸਭ ਕੁਝ ਲੈ ਕੇ ਦਿੰਦੇ ਰਹੀ ਜੇਕਰ ਇਹ ਫਿਰ ਵੀ ਚੀਜ਼ਾਂ ਚੁਰਾਏਗੀ ਤਾਂ ਮੈਨੂੰ ਮਾਰਾਂਗੀ ਨਹੀਂ ਤਾਂ ਹੋਰ ਕੀ ਕਰਾਂਗੀ ਕੇਰਾ ਦੀ ਮਾਂ ਨੂੰ ਜਮੈਕਾ ਤੋਂ ਆ ਕੇ ਵਸਿਆ ਕੋਈ ਬਹੁਤਾ ਸਮਾਨ ਨਹੀਂ ਸੀ ਹੋਇਆ ਉਹਦੇ ਗੁੱਸੇ ਵਾਲੀ ਹਾਲਤ ਨੂੰ ਮੁੱਖ ਰੱਖ ਕੇ ਚਿਲਡਰਨ ਹੈਲਪ ਸੋਸਾਇਟੀ ਵਾਲੇ ਪੁਲਿਸ ਨੂੰ ਨਾਲ ਲੈ ਕੇ ਕੇਰਾ ਨੂੰ ਸਕੂਲੋਂ ਹੀ ਲੈ ਗਏ। ਦੂਸਰੇ ਦਿਨ ਉਹਨਾਂ ਨੇ ਕੇਰਾ ਦੀ ਰਿਹਾਈਸ਼ ਵਾਲੀ ਜਗ੍ਹਾ ਦੇ ਨਾਲ ਲੱਗਦੇ ਸਕੂਲ 'ਚ ਜਾਣ ਦਾ ਹੀ ਉਹਦਾ ਪ੍ਰਬੰਧ ਕਰ ਦਿੱਤਾ। ਉਸ ਪਿੱਛੋਂ ਕੇਰਾ ਦੀ ਮਾਂ ਕਿਵੇਂ ਹਰ ਰੋਜ਼ ਮਿਸਿਸ ਨਿਲਸਨ ਦੀ ਕਲਾਸ 'ਚ ਆ ਕੇ ਤਾਂ ਹਾਂ ਮਾਰ-ਮਾਰ ਕੇ ਰੋਂਦੀ ਸੀ ਕਿ ਮੇਰੀ ਬੇਟੀ ਮੈਨੂੰ ਦਿਵਾ ਦਿਓ। ਜੇਕਰ ਮੈਂ ਉਹਨੂੰ ਮਾਰਿਆ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਉਹਨੂੰ ਪਿਆਰ ਨਹੀਂ ਕਰਦੀ। ਮਿਸਿਸ ਨੈਲਸਨ ਨੂੰ ਪਤਾ ਨਾ ਲੱਗੇ ਕਿ ਉਹ ਕੀ ਕਰੇ। ਕਦੋਂ ਉਹ ਪਛਤਾਵੇ ਕਿ ਉਹਨੇ ਸ਼ਿਕਾਇਤ ਕਿਉਂ ਕੀਤੀ। ਤੇ ਜਦੋਂ ਉਹਨੂੰ ਆਪਣੀ ਇੱਕ ਹੋਰ ਟੀਚਰ ਸਹੇਲੀ ਦੇ ਬਾਰੇ ਯਾਦ ਆਇਆ ਕਿ ਉਹਨੇ ਕਿਵੇਂ ਇੱਕ ਬੱਚੇ ਦੀ ਉਹਦੇ ਬਾਪ ਵੱਲੋਂ ਮਾਰੀ ਸੱਟ ਨੂੰ ਅੰਗੋਲੀਆਂ ਕਰ ਦਿੱਤਾ ਸੀ ਤੇ ਉਹਨੂੰ ਆਪਣੀ ਟੀਚਿੰਗ ਲਾਇਸੈਂਸ ਤੋਂ ਹੱਤ ਹੋਣੇ ਪੈ ਗਏ ਸੀ ਤੇ ਸ਼ਸ਼ੂਪੰਜ ਪਈ ਮਿਸਿਸ ਨਿਲਸਨ ਵੀ ਕੇਰਾ ਦੀ ਮਾਂ ਨਾਲ ਬੈਠੀ ਰੋਈ ਜਾਵੇ ਅਜੀਆਂ ਕਟਨਾਵਾਂ ਦੀਆਂ ਸੋਚਾਂ ਵਿੱਚ ਘਿਰੀ ਹੋਈ ਨੂੰ ਪਤਾ ਨਹੀਂ ਮੈਨੂੰ ਕਦੋਂ ਨੀਂਦ ਆ ਗਈ ਰਾਤ ਨੂੰ ਸੁਪਨੇ 'ਚ ਵੀ ਮੈਂ ਗੁਆਚੀ ਹੋਈ ਮਨੀਰਾ ਨੂੰ ਹੀ ਲੱਭਦੀ ਫਿਰਦੀ ਰਹੀ ਦੂਸਰੇ ਦਿਨ ਸਕੂਲ ਪੁੱਜ ਕੇ ਰੋਜ਼ ਦੀ ਤਰ੍ਹਾਂ ਬਾਹਰੋਂ ਬੱਚਿਆਂ ਨੂੰ ਅੰਦਰ ਲਿਆਂਦਾ। ਉਹਨਾਂ ਆਪਣੇ-ਆਪਣੇ ਕੋਟ ਤੇ ਬੈਗ ਟੰਗੇ ਤੇ ਕਾਰਪੈਟ ਉੱਤੇ ਬੈਠ ਗਏ। ਸਾਰੇ ਚੁੱਪਚਾਪ ਅਨਾਉਂਸਮੈਂਟ ਸੁਣਨ ਲਈ ਤਿਆਰ ਹੋ ਗਏ। ਅਨਾਉਂਸਮੈਂਟ ਤੋਂ ਬਾਅਦ ਨੈਸ਼ਨਲ ਐਂਥਮ, ਉਹ ਕੈਨੇਡਾ ਦਾ ਸੰਗੀਤ ਸ਼ੁਰੂ ਹੋਇਆ ਤਾਂ ਸਾਰੇ ਬੱਚੇ ਖੜੇ ਹੋ ਕੇ ਗਾਉਣ ਲੱਗ ਪਏ। ਮੈਂ ਵੀ ਨੈਸ਼ਨਲ ਐਂਥਮ ਬੱਚਿਆਂ ਦੇ ਨਾਲ ਰਲ ਕੇ ਗਾਇਆ ਕਰਦੀ ਸੀ। ਉਸ ਦਿਨ ਪਹਿਲੀ ਲਾਈਨ ਤੋਂ ਬਾਅਦ ਜਿਵੇਂ ਲਫ਼ਜ਼ ਮੇਰੇ ਗਲੇ ਵਿੱਚ ਹੀ اٹਕ ਗਏ ਹੋਣ। ਮੇਰੇ ਮੂੰਹ ਤੋਂ ਆਵਾਜ਼ ਨਿਕਲਨੀ ਅਚਾਨਕ ਬੰਦ ਹੋ ਗਈ ਮੇਰੀਆਂ ਨਜ਼ਰਾਂ ਕਾਲੀ ਕਾਲੀ ਸਾਰੇ ਬੱਚਿਆਂ ਨੂੰ ਜਾਂਚਦੀਆਂ ਹੋਈਆਂ ਬੱਚਿਆਂ ਦੀਆਂ ਨਜ਼ਰਾਂ ਤੋਂ ਲੁਕਦੀਆਂ ਹੋਈਆਂ ਮਨੀਰਾ ਨੂੰ ਲੱਭ ਰਹੀਆਂ ਸਨ ਮਨੀਰਾ ਕਲਾਸ 'ਚ ਨਹੀਂ ਸੀ ਉਹ ਕਦੇ ਗੈਰ ਹਾਜ਼ਰ ਤਾਂ ਕੀ ਲੇਟ ਵੀ ਨਹੀਂ ਸੀ ਹੋਈ ਇੱਕ ਵਾਰ ਫੇਰ ਉਹਦੀਆਂ ਕਲਦੀਆਂ ਚੀਕਾਂ ਨੇ ਮੈਨੂੰ ਸਾਰੀ ਦੀ ਸਾਰੀ ਨੂੰ ਤੁਰੰਦਰੋਂ ਕੰਬਾ ਦਿੱਤਾ ਮਨ ਹੀ ਮਨ ਮੈਂ ਆਪਣੇ ਆਪ ਨੂੰ ਲਾਂਤਾਂ ਵੀ ਪਾ ਰਹੀ ਸੀ ਲੈ ਕਰ ਲੈ ਆਪਣਾ ਕਾਨੂੰਨੀ ਫਰਜ਼ ਪੂਰਾ ਕਲਾਸ 'ਚ ਸਭ ਤੋਂ ਅੱਗੇ ਖੜੇ ਬੱਚੇ ਕਾਇਲ ਨੇ ਮੇਰੇ ਚਿਹਰੇ ਦੇ ਹਾਵ-ਭਾਵ ਦੇਖਦੇ ਹੋਏ ਕਹਿ ਦਿੱਤਾ ਮੈਸਰ ਜੀ ਅੱਜ ਤੁਸੀਂ ਸਾਡੇ ਨਾਲ ਉਹ ਕੈਨੇਡਾ ਗੀਤ ਵੀ ਨਹੀਂ ਗਾਇਆ ਤੇ ਹੁਣ ਵੀ ਉਦਾਸ ਛੇ ਲੱਗ ਰਹੇ ਹੋ ਕਾਇਲ ਦੀ ਗੱਲ ਤਾਂ ਮੈਂ ਅਨਸੁਣੀ ਜੀ ਕਰਤੀ ਬਾਕੀ ਸਾਰੇ ਬੱਚੇ ਬੜੀ ਹੈਰਾਨੀ ਨਾਲ ਮੇਰੀ ਪਰੇਸ਼ਾਨੀ ਨੂੰ ਮਹਿਸੂਸ ਕਰ ਰਹੇ ਸਨ ਇੰਨੇ ਚਿਹਨ ਮੁਨੀਰਾ ਸਜੇ ਸਜੇ ਪੈਰ ਕਢੀ ਇਸਦੀ ਹੋਈ ਮਲਕੜੇ ਜੇ ਕਲਾਸ ਦੇ ਸਭ ਤੋਂ ਪਿੱਛੇ ਜੇ ਆ ਕੇ ਨੀਵੀਂ ਪਾ ਕੇ ਬੈਠ ਗਏ ਮੁਨੀਰਾ ਨੂੰ ਦੇਖਦਿਆਂ ਸਾਰੀ ਮੇਰੇ ਮੂੰਹ ਅਚਾਨਕ ਨਿਕਲਿਆ ਰੱਬ ਦਾ ਸ਼ੁਕਰੇ ਮੁਨੀਰਾ ਤੂੰ ਜ਼ਿੰਦਾ ਹੈ ਸਾਰੇ ਬੱਚੇ ਹੈਰਾਨੀ ਨਾਲ ਗੁੱਝਣ ਲੱਗੇ ਕੀ ਮਿਸ ਜੀ ਤੁਸੀਂ ਠੀਕ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਗਿਆਨ ਨਹੀਂ ਸੀ ਕਿ ਮੇਰੇ ਤੇ ਮੁਨੀਰਾ ਵਿੱਚ ਘਰ ਕੀ ਗੱਲਬਾਤ ਹੈ ਤੇ ਮੇਰੇ ਤੇ ਕੀ ਗੁਜ਼ਰ ਰਹੀ ਹੈ ਮੇਰੀਆਂ ਨਜ਼ਰਾਂ ਨੇ ਕਾਲੀ ਕਾਲੀ ਮੁਨੀਰਾ ਦੇ ਚਿਹਰੇ ਵੱਲ ਦੇਖਿਆ ਉਹਦੇ ਚਿਹਰੇ ਤੇ ਕੋਈ ਛੱਟ ਦਾ ਨਿਸ਼ਾਨਾਦ ਨਹੀਂ ਸੀ ਮੁਨੀਰਾ ਨੇ ਸਾਰੀ ਸਾਰਾ ਦਿਨ ਕੋਈ ਸ਼ਰਾਰਤ ਨਾ ਕੀਤੀ ਕੰਵਲ ਵੀ ਆਪਣਾ ਧਿਆਨ ਦਿੱਤਾ ਦਿਨ ਦੇ ਅਖੀਰ ਚ ਮਨੀਰਾ ਵੀ ਕੈਂਡੀ ਲੈਣ ਦੇ ਹੱਕਦਾਰ ਬੱਚਿਆਂ ਵਿੱਚੋਂ ਇੱਕ ਸੀ ਕੈਂਡੀ ਲੈਣੇ ਆ ਸਮੇਂ ਉਹਨੇ ਨੀਵੀਂ ਪਾਈ ਹੋਈ ਸੀ ਉਸ ਘਟਨਾ ਤੋਂ ਬਾਅਦ ਮਨੀਰਾ ਬਿਲਕੁਲ ਬਦਲ ਚੁੱਕੀ ਸੀ ਮੈਨੂੰ ਤਾਂ ਕਈ ਵਾਰ ਮਹਿਸੂਸ ਹੁੰਦਾ ਕਿ ਉਹ ਇਹ ਉਹੀ ਪੜ੍ਹਾਈ ਨਾਲੋਂ ਸ਼ਰਾਰਤਾਂ ਨੂੰ ਤਰਜੀਹ ਦੇਣ ਵਾਲੀ ਮਨੀਰਾ ਹੈ ਜਾਂ ਕੋਈ ਹੋਰ ਅਚਾਨਕ ਇੱਕ ਦਿਨ ਉਹਦੀ ਮਾਂ ਉਹਨੂੰ ਲੈਣ ਲਈ ਸਕੂਲ ਦੇ ਬਾਹਰ ਦੀ ਬਜਾਏ ਕਲਾਸ ਦੇ ਅੰਦਰ ਆ ਗਈ ਮੈਲਸ ਨਾਲ ਮੁਨੀਰਾ ਚਾਈ ਤਬਦੀਲੀ ਬਾਰੇ ਗੱਲ ਕੀਤੀ। ਉਹਨੇ ਦੱਸਿਆ ਮੈਂ ਹਮੇਸ਼ਾ ਮੁਨੀਰਾ ਨੂੰ ਕੈਂਡੀਆਂ ਨਾ ਖਾਣ ਦੀ ਹਦਾਇਤ ਕਰਦੀ ਸੀ। ਜਿਸ ਦਿਨ ਇਹਦੀ ਕਲਾਸ 'ਚ ਕੈਂਡੀ ਚੋਰੀ ਦੀ ਗੱਲ ਦਾ ਮੈਨੂੰ ਪਤਾ ਲੱਗਾ, ਮੈਂ ਬਹੁਤ ਸ਼ਰਮਿੰਦਾ ਹੋਈ। ਮੈਂ ਸਟੋਰ ਤੋਂ ਜਾ ਕੇ ਵੱਡਾ ਸਾਰਾ ਕੈਂਡੀਆਂ ਦਾ ਇੱਕ ਬੈਗ ਖਰੀਦ ਕੇ ਲਿਆਈ ਤੇ ਮੁਨੀਰਾ ਦੇ ਕਮਰੇ 'ਚ ਰੱਖ ਆਈ। ਪਰ ਉਹਨੇ ਉਹਦੇ 'ਚ ਅੱਜ ਤੱਕ ਇੱਕ ਵੀ ਕੈਂਡੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਬੈਗ ਅਜੇ ਵੀ ਉਹਦੇ ਕਮਰੇ 'ਚ ਬਿਨਾਂ ਖੋਲ੍ਹਿਆ ਹੀ ਪਿਆ। ਇਸ ਸੁਣ ਕੇ ਮੈਨੂੰ ਹੋਰ ਵੀ ਹੈਰਾਨੀ ਹੋਈ ਕਿ ਉਸ ਘਟਨਾ 'ਚ ਕਿਹੜਾ ਜਾਦੂ ਸੀ ਜਿਨੇ ਮਨੀਰਾ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦਿੱਤਾ ਮੈਂ ਵੀ ਗੰਭੀਰਤਾ ਨਾਲ ਸੋਚ ਰਹੀ ਸੀ ਕਿ ਕੀ ਇਹ ਪਰਵਰਤਨ ਉਸ ਲਈ ਚੰਗਾ ਸੀ ਜਾਂ ਤਨਵਾਦ ਸਮਾਪਤ